ਲੁਧਿਆਣਾ ਚ ਬੀਤੇ ਦਿਨੀ ਅਨਮੋਲ ਕਵਾਤਰਾ ਤੇ ਉਸਦੇ ਪਿਤਾ ਤੇ ਹੋਏ ਹਮਲੇ ਦੇ ਮਾਮਲੇ ਚ ਨਵਾਂ ਮੋੜ ਆ ਗਿਆ। ਪੁਲਿਸ ਨੇ ਮਾਮਲੇ ਦੇ ਦੋਸ਼ੀਆਂ ਦੇ ਖਿਲਾਫ ਕੁਝ ਹੀ ਘੰਟਿਆਂ ਦੇ ਵਿੱਚ ਮਾਮਲਾ ਦਰਜ ਕਰ ਲਿਆ ਸੀ ਤੇ ਦੋਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ, ਪਰ ਗ੍ਰਿਫਤਾਰੀ ਦੇ ਕੁਝ ਸਮੇਂ ਬਾਅਦ ਹੀ ਕਾਂਗਰਸੀ ਦੱਸੇ ਜਾਂਦੇ ਦੋਵੇਂ ਦੋਸ਼ੀਆਂ ਦੀ ਜ਼ਮਾਨਤ ਲੈ ਲਈ ਗਈ। ਪੁਲਿਸ ਦੇ ਮੁਤਾਬਿਕ ਅਨਮੋਲ ਕਵਾਤਰਾ ਦੇ ਪਿਤਾ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਮੋਹਿਤ ਰਾਜਪਾਲ ਤੇ ਉਸਦੇ ਦੋਸ਼ੀ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਮੋਹਿਤ ਰਾਜਪਾਲ ਤੇ ਉਸਦੇ ਦੂਜੇ ਸਾਥੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਕੀ ਕਹਿਣਾ ਉਹਨਾਂ ਦਾ ਜਾਣਦੇ ਹਾਂ। ਮੇਰਾ ਨਾਮ ਮੋਹਿਤ ਰਾਮਪਾਲ ਜੀ। ਸਰ ਕੀ ਹੋਇਆ ਜੀ, ਕਹਾਣੀ ਕਾਲ ਜਿਹੜੀ ਆ, ਕੱਲ ਇਲਜ਼ਾਮ ਲੱਗ ਰਹੇ ਨੇ ਤੁਹਾਡੇ ਤੇ ਧੱਕਾ ਕਰਨ ਦਾ। ਸਰ ਧੱਕਾ ਇਲਜ਼ਾਮ ਹੀ ਲੱਗ ਰਹੇ ਹਨ, ਕੋਈ ਹਜੇ ਕਲੀਅਰ ਨਹੀਂ ਹੋਇਆ ਭਾਜੀ, ਇਲਜ਼ਾਮ ਹੀ ਲੱਗ ਰਹੇ ਆ ਔਰ ਇਹ ਇਲਜ਼ਾਮ ਹੀ ਰਹਿਣੇ ਆ, ਕਿਉਂਕਿ ਅਸੀਂ ਕਲੀਅਰ ਕਰਕੇ ਦਿਖਾਵਾਂਗੇ ਉਹਨਾਂ ਨੂੰ ਕਿ ਉਹਨਾਂ ਨੇ ਧੱਕਾ ਕਿੰਨਾ ਕੀਤਾ। ਮਾਮਲਾ ਇਹ ਹੋਇਆ ਸੀ ਜੀ, ਮੇਰੇ ਫਾਦਰ ਸਾਹਿਬ ਐਡਮਿਟ ਨੇ ਹੋਸਪਿਟਲ, DMC, ਮੈਂ ਆਪਣੇ ਫਾਦਰ ਸਾਹਿਬ ਕੋਲ ਉੱਠ ਕੇ ਆਇਆ ਆਪਣੇ ਫੈਮਲੀ ਨਾਲ ਇੱਥੇ ਸ਼ਿਵਪੁਰੀ ਵੋਟ ਪਾਉਣ ਵਾਸਤੇ, ਔਰ ਵੋਟ ਪਾਉਣ ਲੱਗੇ ਜਦੋਂ ਮੈਂ ਆਪਣੀ ਵਾਈਫ ਦਾ ਜਿਹੜੀ ਵੋਟਰ ਕਾਰਡ ਦੀ ਪਰਚੀ ਹੁੰਦੀ ਹੈ ਪਰਚੀ ਲੈਣ ਵਾਸਤੇ ਗਿਆ ਅਤੇ ਉੱਥੇ ਰਾਜਕੁਮਾਰ ਕਵਾਤਲਾ ਜੀ ਸੀਗੇ ਬੈਂਸ ਵੱਲੋਂ, ਠੀਕ ਹੈ ਜੀ, ਉੱਥੇ ਆਪਣੇ ਬੂਥ 'ਤੇ ਬੈਠੇ ਸੀਗੇ, ਉੱਠ ਕੇ ਮੇਰੀ ਵਾਈਫ ਕੋਲ ਆ ਗਏ ਅਤੇ ਕਹਿੰਦੇ ਵੋਟ ਪਾ ਦਿਓ ਤੁਸੀਂ ਲੈਟਰ ਬਾਕਸ ਨੂੰ। ਮੇਰੀ ਵਾਈਫ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿਉਂਕਿ ਉਹ ਕਹਿੰਦੀ ਤੂੰ ਤੁਹਾਡਾ ਕੀ ਮਤਲਬ ਬੰਦਾ ਮੈਨੂੰ ਕਹਿੰਦਾ ਇਸ ਗੱਲ ਦਾ, ਅਤੇ ਉਹਨੇ ਵਿਰੋਧ ਕੀਤਾ ਅਤੇ ਇਹਨੇ ਅੱਗੋਂ ਕੁਛ ਗਲਤ ਗੱਲ ਕਹਿਤੀ ਉਹਨੂੰ ਕਿ ਤੁਸੀਂ ਚਲੋ ਜੋ ਵੀ ਉਹਨੇ ਬੋਲਿਆ ਗਲਤ ਬੋਲਿਆ, ਅਤੇ ਮੇਰੀ ਵਾਈਫ ਨੇ ਮੈਨੂੰ ਆਵਾਜ਼ ਲਗਾਈ ਕਿ ਹਾਂ ਵੀ ਇਹ ਗਲਤ ਲੈਂਗੁਏਜ ਯੂਜ਼ ਕਰ ਰਿਹਾ, ਥੋੜ੍ਹਾ ਜਿਹਾ ਨੂੰ ਸਮਝਾਓ। ਮੈਂ ਉਹਨਾਂ ਨੂੰ ਸਮਝਾਇਆ, ਮੈਂ ਕਿਹਾ ਭਾਜੀ, ਮੈਂ ਕਿਹਾ ਕਿਉਂਕਿ ਮੇਰੇ ਸੀਨੀਅਰ ਨੇ, ਮੈਂ ਕਿਹਾ ਭਾਜੀ ਤੁਸੀਂ, ਮੈਂ ਕਿਹਾ ਮੇਰੀ ਵਾਈਫ ਨੇ ਇਹੋ ਜਿਹੀ ਲੈਂਗੁਏਜ ਯੂਜ਼ ਕਰ ਰਹੇ ਹੋ, ਮੈਂ ਕਿਹਾ ਚੰਗਾ ਨਹੀਂ ਲੱਗਦਾ, ਅਤੇ ਉਹਨੇ ਮੇਰੇ ਨਾਲ ਵੀ ਉਹੀ ਲੈਂਗੁਏਜ ਯੂਜ਼ ਕਰਤੀ, ਕਹਿੰਦਾ ਮੇਰਾ ਮੁੰਡਾ ਵਰਲਡ ਵਾਈਡ ਹੈ, ਠੀਕ ਹੈ ਜੀ, ਜੇ ਵਰਲਡ ਵਾਈਡ ਠੀਕ ਹੈ, ਤੇਰਾ ਬੇਟਾ NGO ਚਲਾਉਂਦਾ, ਅਸੀਂ ਤਾਰੀਫ ਕਰਦੇ ਹਾਂ ਜੋ ਕਿਤੇ ਮਿਲਦੇ ਹਾਂ, ਅਸੀਂ ਤਾਰੀਫ ਕਰਦੇ ਹਾਂ ਕਿ ਹਾਂ ਵੀ ਵਧੀਆ ਕੰਮ ਕਰਦਾ, ਬਟ ਜੇ ਵਧੀਆ ਕੰਮ ਕਰਦਾ ਤਾਂ ਮਤਲਬ ਇਹ ਨਹੀਂ ਹੈ ਕਿ ਤੁਸੀਂ ਲੋਕਾਂ ਨੂੰ ਗਾਲਾਂ ਕੱਢੋ, ਲੋਕਾਂ ਨੂੰ ਦੱਸੋ ਕਿ ਹਾਂ ਕਿ ਮੇਰਾ ਬੇਟਾ ਵਰਲਡ ਵਾਈਡ ਹੈ। ਅਤੇ ਉਹਨਾਂ ਨੇ ਇੱਕ ਮਿੰਟ ਦੇ ਵਿੱਚ ਫੋਨ ਕੀਤਾ, ਅਸੀਂ ਸਾਡੇ ਜਿਹੜੇ ਸੀਨੀਅਰ ਬੈਠੇ ਸੀ ਉੱਥੇ, ਕਾਫੀ ਸੀਨੀਅਰ ਸਾਡੇ ਜਿਹੜੇ 60-65 ਸਾਲ ਦੇ ਜਿਹੜੇ ਸਾਡੇ ਸੀਨੀਅਰ ਹੈ ਬਜ਼ੁਰਗ ਨੇ, ਉਹਨਾਂ ਨੂੰ ਕਿਹਾ ਵੀ ਕਿ ਹਾਂ ਵੀ ਤੂੰ ਅਗਰੈਸਿਵ ਨਾ ਹੋ, ਤੂੰ ਠੰਡਾ ਰਹਿ, ਕੋਈ ਗੱਲ ਨਹੀਂ, ਇੱਥੇ ਕਿਹੜੀ ਗੱਲ ਹੋਈ ਹੈ, ਸਾਰੇ ਬੈਠੇ ਹੀ ਹੈ, ਮੁਹੱਲਾ ਹੀ ਹੈ ਕਿ ਮੁਹੱਲੇ ਦਾ ਵਾਰਡ, ਭਾਜੀ ਇੱਕ ਵਾਰਡ ਹੈ, ਵਾਰਡ ਪਰਿਵਾਰ ਹੁੰਦਾ ਇੱਕ, ਅਸੀਂ ਪਰਿਵਾਰ ਵਾਂਗੂ ਸਾਰੇ ਵਾਰਡ 'ਚ ਰਹਿੰਦੇ ਹਾਂ। ਅਤੇ ਇਹਨਾਂ ਨੇ ਇੱਕ ਮਿੰਟ 'ਚ ਫੋਨ ਕੀਤਾ ਆਪਣੇ ਬੇਟੇ ਨੂੰ ਕਿ ਜਾਂ ਤਾਂ ਇਹਨੂੰ ਮਾਰ ਦੇ ਜਾਂ ਮੈਨੂੰ ਮਾਰ ਦੇ, ਅੱਜ ਮੈਂ ਇਹਨੂੰ ਮਾਰ ਕੇ ਹੀ ਜਾਣਾ। ਦੱਸੋ ਇਹਦਾ ਬੇਟਾ ਵਿਦਿਨ 10 ਮਿੰਟ ਉੱਥੇ ਪਹੁੰਚ ਗਿਆ ਜੀ, ਆਪਣੀ ਟੀਮ ਲੈ ਕੇ, ਪੂਰੇ ਮੁੰਡੇ ਦੇ ਕੋਲ ਔਰ ਪਲੈਨਿੰਗ ਸੀ ਪੂਰੀ, ਉਹਨੇ ਪਲੈਨਡ ਸੀ ਪਹਿਲਾਂ, ਔਰ ਉਹ ਮੁੰਡੇ ਲੈ ਕੇ ਉੱਥੇ ਪਹੁੰਚ ਗਿਆ, ਉਹਨੇ ਆਉਂਦੇ ਹੀ ਸਾਨੂੰ ਲਲਕਾਰਿਆ, ਪਹਿਲਾਂ ਲਲਕਾਰਿਆ, ਫਿਰ ਉਹਨੇ ਮੇਰੇ ਵੱਲ ਇਸ਼ਾਰਾ ਕਰਕੇ ਮਾਂ ਦੀ ਗੱਲ ਕੱਢੀ ਜੋ ਸੱਚਾਈ ਮੈਂ ਤੁਹਾਨੂੰ ਦੱਸ ਰਿਹਾ, ਫਿਰ ਉਹਨੇ ਮੈਨੂੰ ਭੈਣ ਦੀ ਗੱਲ ਕੱਢੀ, ਫਿਰ ਮੈਂ ਬਰਦਾਸ਼ਤ ਕਰ ਗਿਆ ਵੀ ਕੌਂਸਲਰ ਸਾਹਿਬ ਨੇ ਮੈਨੂੰ ਕਹਿ ਤਾ, ਕਹਿੰਦੇ ਮੋਹਿਤ ਨਹੀਂ, ਅਸੀਂ ਇਸ ਵਾਰਡ 'ਚ ਆਪਣੇ ਪਰਿਵਾਰ ਨਾਲ ਰਹਿੰਦੇ ਹਾਂ ਅਤੇ ਪਰਿਵਾਰ ਨੇ ਰਹਿਣਾ, ਕਲੀਅਰਾਂ ਨਹੀਂ ਪਾਉਣਾ, ਸਾਡੇ ਬੂਥ 'ਤੇ ਅਟੈਕ ਕੀਤਾ ਮੈਨੂੰ, ਜਦ ਕਿ ਮੇਰਾ ਭਾਜੀ ਮੈਂ ਅੱਗੇ ਇਲੈਕਸ਼ਨ 'ਚ ਇੱਥੇ ਹੁੰਦਾ, ਹਰ ਵਾਰੀ ਇਲੈਕਸ਼ਨ 'ਚ ਹੁੰਦਾ, ਮੈਂ ਮੇਰੇ ਫਾਦਰ ਸਾਹਿਬ ਕਰਕੇ ਮੈਂ ਇਲੈਕਸ਼ਨ 'ਚ ਨਹੀਂ ਆਇਆ। ਕਹਿੰਦਾ ਜੀ ਇਲੈਕਸ਼ਨਾਂ ਕਰਕੇ ਰੰਜਿਸ਼ ਰੱਖੀ ਗਈ ਹੈ ਮੇਰੇ ਫਾਦਰ ਸਾਹਿਬ ਦੇ ਨਾਲ ਕਿ ਮੈਂ ਪਹਿਲਾਂ ਇਲੈਕਸ਼ਨਾਂ ਦੇ ਵਿੱਚ ਨਹੀਂ ਆਉਂਦਾ ਸੀ, ਇਸ ਵਾਰ ਭਾਜੀ ਹਾਰੇ ਹੋਏ ਬੰਦੇ ਦਾ ਕੋਈ ਰੰਜਿਸ਼ ਰੱਖਦਾ, ਕੀ ਰੰਜਿਸ਼ ਰੱਖਣੀ ਹੈ, ਛੋਟੇ ਮੋਟੇ ਮਾਰਜਨ 'ਤੇ ਹਾਰਿਆ ਹੋਵੇ ਨਾ ਫਿਰ ਰੰਜਿਸ਼ ਹੁੰਦੀ ਹੈ। ਭਾਜੀ ਰੰਜਿਸ਼ ਨਹੀਂ ਹੈਗੀ, ਮੇਨ ਮੋਟਿਵ ਕੀ ਆ ਕਿ ਉਹਨਾਂ ਤੋਂ ਪ੍ਰੋਪਰ ਬੂਥ ਹੀ ਨਹੀਂ ਲੱਗ ਪਾਏ। ਇੱਕ ਹੋਰ ਆ, ਇੱਕ ਹੋਰ ਆ, ਕੱਲ੍ਹ ਉਹਨਾਂ ਨੇ ਇਲਜ਼ਾਮ ਲਗਾਏ ਤੁਹਾਡੇ 'ਤੇ ਮਾਮਲਾ ਦਰਜ ਹੋਇਆ, ਤੁਸੀਂ ਮਾਮਲਾ ਦਰਜ ਕਰਵਾਇਆ? ਭਾਜੀ ਸਾਡੀ ਹਜੇ ਸੁਣਵਾਈ ਨਹੀਂ ਹੋਈ, ਸਰਕਾਰ ਸਾਡੀ ਹੈ, ਧੱਕਾ ਸਾਡੇ ਨਾਲ ਹੋ ਗਿਆ ਜੀ, ਧੱਕਾ ਸਾਡੇ ਨਾਲ ਹੋ ਗਿਆ, ਰੋਡ ਉਹਨਾਂ ਨੇ ਜਾਮ ਕਰਤੇ, ਠੀਕ ਹੈ ਜੀ, ਰਾਤ ਥਾਣੇ ਅਸੀਂ ਸੁੱਤੇ ਹਾਂ, ਮੰਗ ਕਰਦੇ ਹੋ ਨੈਸ਼ਨਲ ਹਾਈਵੇ ਜਾਮ ਕੀਤਾ ਉੱਤੇ, ਇਹ ਭਾਜੀ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇ ਕੋਈ ਐਂਬੂਲੈਂਸ ਵੀ ਰੁਕੀ ਹੈ ਕਿੱਥੇ, ਜੇ ਕੋਈ ਮਿਸਹੈਪਨਿੰਗ ਹੋ ਜਾਂਦੀ ਤਾਂ ਕੌਣ ਜ਼ਿੰਮੇਵਾਰ ਹੁੰਦਾ? ਜਿਹੜੇ ਬੰਦੇ NGO ਚਲਾਉਂਦੇ ਨੇ, ਠੀਕ ਹੈ, NGO ਚਲਾਉਂਦੇ ਨੇ, ਉਹ ਇਹ ਚਾਹੁੰਦੇ ਆ ਕਿ ਕੋਈ ਮਰ ਜਾਵੇ। ਅੱਛਾ, ਮਾਰਕੁੱਟ ਦੀ ਸ਼ੁਰੂਆਤ ਕਿਹਨਾਂ ਨਾਲ ਹੋਈ? ਭਾਜੀ ਆ ਸਭ ਤੋਂ ਪਹਿਲਾਂ ਦੰਦ ਭੰਨਿਆ ਮੇਰਾ, ਉਹਨਾਂ ਕੋਲ ਸੀਗਾ ਬੇਸਬਾਲ, ਮਾਰਕੁੱਟ ਦੀ ਸ਼ੁਰੂਆਤ ਇੱਥੇ ਹੋਈ ਨਾ, ਉਹ ਜਿਵੇਂ ਕੁੱਟਣ ਚੁੱਪ ਰਹੋ, ਬੇਸਬਾਲ ਸੀਗਾ ਉਹਨਾਂ ਕੋਲ,
ਉਹਨੇ ਬੇਸਬਾਲ ਮੇਰੇ ਮਾਰਿਆ ਜਾਂ ਪਤਾ ਨਹੀਂ ਮੈਨੂੰ ਕੀ ਮਾਰਿਆ, ਮੈਂ ਅਨਕੋਨਸ਼ੀਅਸ ਹੋ ਗਿਆ ਸੀ ਉਸ ਵੇਲੇ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਸ਼ੁਰੂਆਤ ਹੋਈ ਲੜਾਈ ਦੀ, ਜਦੋਂ ਉਹਨਾਂ ਨੇ ਸਾਡੇ ਬੰਦੇ ਨੂੰ ਹੱਥ ਪਾਇਆ, ਸਾਡੇ ਬੰਦੇ ਜਿਹੜੇ ਆਸ ਪਾਸ ਜਿਹੜੇ ਬਜ਼ੁਰਗ ਵੀ ਸੀ ਸਾਡੇ, ਉਹਨਾਂ 'ਤੇ ਵੀ ਹੱਥ ਪੈ ਗਿਆ ਸੀ ਉਹਨਾਂ ਦਾ, ਮਗਰ ਉਹਨਾਂ ਪਰਵਾਹ ਨਹੀਂ, ਮਤਲਬ ਭਾਜੀ ਉਹਨਾਂ ਨੇ ਸਾਰੀਆਂ ਹੱਦਾਂ ਪਾਰ ਕੀਤੀਆਂ। ਐਮਪੀ ਸਾਹਿਬ ਨਾਲ ਜਾਂ ਮੰਤਰੀ ਸਾਹਿਬ ਨਾਲ ਕੋਈ ਗੱਲਬਾਤ ਹੋ ਗਈ ਭਾਜੀ? ਚੱਲ ਰਹੀ ਹੈ ਜੀ ਗੱਲ, ਚੱਲ ਰਹੀ ਹੈ ਗੱਲ। ਅਤੇ ਬਾਕੀ ਮੈਂ ਇੱਕ ਤੁਹਾਡੇ ਮੀਡੀਆ ਥਰੂ ਇੱਕ ਮੈਸੇਜ ਦੇਣਾ ਚਾਹੁੰਦਾ ਉਹਨਾਂ ਭਰਾਵਾਂ ਨੂੰ, ਐਨ ਆਰ ਆਈ ਭਰਾਵਾਂ ਨੂੰ, ਕਿ ਐਨ ਆਰ ਆਈ ਭਰਾ ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ ਹਾਂ, ਬਹੁਤ ਰਿਸਪੈਕਟ ਕਰਦੇ ਹਾਂ, ਅਸੀਂ ਅਨਮੋਲ ਦੀ ਬਹੁਤ ਰਿਸਪੈਕਟ ਕਰਦੇ ਹਾਂ, ਕੋਈ ਉਹ ਗਲਤ ਬੰਦਾ ਨਹੀਂ ਹੈ, ਬਹੁਤ ਵਧੀਆ ਬੰਦਾ। ਬਟ ਉਹਨੇ ਇਸ ਛੋਟੀ ਜਿਹੀ ਲੜਾਈ ਨੂੰ, ਇੱਕ ਮੁਹੱਲੇ ਦੀ ਲੜਾਈ ਨੂੰ, ਉਹਨੇ ਇੱਕ ਵਰਲਡ ਵਾਈਡ ਆਪਣੇ ਆਪ ਨੂੰ ਫੇਮਸ ਕਰਨ ਵਾਸਤੇ ਉਹਨੇ ਇਸ ਮੁੱਦਾ ਬਣਾ ਲਿਆ। ਜਦਕਿ ਭਾਜੀ ਇੱਕ ਥੱਪੜ ਦੀ ਲੜਾਈ ਕੀ ਹੁੰਦੀ ਹੈ ਦੱਸੋ? ਤੁਸੀਂ ਕਹਿੰਦੇ ਮਤਲਬ ਕਿ ਫੇਮਸ ਕਰ ਲਈ ਹੈ ਮੁੱਦਾ ਬਣ, ਇਹ ਫੇਮਸ ਹੋਣ ਵਾਸਤੇ ਮੁੱਦਾ ਬਣ, ਪੋਲੀਟੀਕਲ ਕੈਰੀਅਰ ਖਤਮ ਹੋ ਰਿਹਾ ਸੀ ਉਸ ਨੂੰ ਬਚਾਉਣ ਵਾਸਤੇ, ਪੁਸ਼ ਅਪ ਕਰਨ ਦੇ ਲਈ ਮੁੱਦਾ ਬਣ। ਔਰ ਮੈਂ ਆਪਣੇ ਸਾਰੇ ਭਰਾਵਾਂ ਨੂੰ, ਐਨ ਆਰ ਆਈ ਭਰਾਵਾਂ ਨੂੰ ਔਰ ਜਿੰਨੇ ਲੁਧਿਆਣੇ ਦੇ ਬੈਠੇ ਉਹਨਾਂ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਪਲੀਜ਼ ਸਾਡਾ ਪੱਖ ਸੁਣ ਕੇ ਅੱਗੇ ਤੋਂ ਕਾਰਵਾਈ ਕਰੋ। ਔਰ ਮੈਨੂੰ ਫੇਸਬੁੱਕ 'ਤੇ ਮੈਸੇਂਜਰ 'ਤੇ ਸਰ ਮੇਰੇ 'ਤੇ ਦੋਸ਼ ਲੱਗਣੇ ਸੁਭਾਵਿਕ ਆ, ਮੈਂ ਉਹਨਾਂ ਦੇ ਖਿਲਾਫ ਇਲੈਕਸ਼ਨ ਲੜੀ ਸੀ ਉਸ ਟਾਈਮ 'ਤੇ, ਜਦੋਂ ਇਲੈਕਸ਼ਨ ਲੜੀ ਉਦੋਂ ਵੀ ਗੌਰਮੈਂਟ ਸਾਡੀ ਸੀ, ਪਰ ਉਦੋਂ ਤਾਂ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਧੱਕਾ ਹੋਇਆ ਵਾ, ਫਰੀ ਐਂਡ ਫੇਅਰ ਇਲੈਕਸ਼ਨ ਉਦੋਂ ਹੋਏ ਨੇ। ਪਰ ਇਸ ਵਾਰ ਵੀ ਜਦੋਂ ਫਸਟ ਟਾਈਮ ਇਹਨਾਂ ਦਾ ਕੋਈ ਮਨਮਟਾਪ ਹੋਇਆ, ਗਾਲੀ ਗਲੋਚ ਹੋਈ ਆ, ਤਾਂ 100 ਬੰਦਾ ਖੜਾ ਦੇਖਦਾ ਸੀ ਜਦੋਂ ਮੈਂ ਇਹਨਾਂ ਨੂੰ ਸੈਪਰੇਟ ਕੀਤਾ ਔਰ ਉਹਨਾਂ ਨੂੰ ਬੇਨਤੀ ਕੀਤੀ ਕਿ ਇਲੈਕਸ਼ਨ ਖਤਮ ਹੋ ਜਾਣੇ, ਮੱਲੇਦਾਰੀ ਜਾਂ ਨਾ, ਆਪਾਂ ਇਹ ਕੰਮ ਨਹੀਂ ਕਰਨਾ। ਉਹਨਾਂ ਨੂੰ ਫੜ ਕੇ ਮੈਂ ਦੂਸਰੀ ਕੋਨੇ 'ਤੇ ਛੱਡ ਕੇ ਆਇਆ, ਬੂਥ ਲਾਉਣ ਲਈ ਉਹਨਾਂ ਦੇ ਕੋਲ ਬੂਥ ਲਾਉਣ ਲਈ ਚੇਅਰਸ ਨਹੀਂ ਸੀਗੀਆਂ, ਮੈਂ ਔਫਰ ਕਰਕੇ ਆਪਦੇ ਬੂਥ ਤੋਂ 2 ਚੇਅਰਾਂ ਉਹਨਾਂ ਨੂੰ ਦਿੱਤੀਆਂ, ਰਾਜੂ ਜੀ 2 ਚੇਅਰ, ਮੈਂ ਕਿਹਾ ਚਾਹੀਦੀਆਂ, ਕਹਿੰਦੇ 2 ਚਾਹੀਦੀਆਂ, ਮੈਂ ਕਿਹਾ ਲੈ ਜਾਓ। ਮਤਲਬ ਇੱਥੋਂ ਤੱਕ ਅਸੀਂ ਉਹਨਾਂ ਨਾਲ ਕੋਆਪਰੇਟ ਕੀਤਾ। ਉਹ ਬਹੁਤ ਫਰਸਟ੍ਰੀ ਹੋਏ ਹੋਏ ਸੀਗੇ, ਐਕਚੁਅਲੀ ਕੀ ਹੋਇਆ ਕੱਲ੍ਹ, ਉਹ ਬਹੁਤ ਵਿਚਾਰੇ ਟੈਨਸ਼ਨ 'ਚ ਸੀਗੇ, ਪਹਿਲਾਂ ਪ੍ਰੋਪਰ ਬੂਥ ਨਹੀਂ ਲੱਗ ਪਾਏ, ਬੂਥਾਂ 'ਤੇ ਕੋਈ ਬੈਠਣਾ ਬੰਦਾ ਹੈ, ਉਹ ਇਸ ਗੱਲ ਨੂੰ ਲੈ ਕੇ ਫਰਸਟ੍ਰੀ ਸੀ, ਜੋ ਮੈਨੂੰ ਲੱਗਦਾ ਫਰਸਟ੍ਰੇਸ਼ਨ ਸ਼ਾਮ ਤੱਕ ਉਹਨਾਂ ਤੋਂ ਸੰਭਾਲੀ ਨਹੀਂ ਗਈ, ਉਸੇ ਫਰਸਟ੍ਰੇਸ਼ਨ ਨੂੰ ਲੈ ਕੇ ਉਹਨਾਂ ਨੇ ਸਾਰਾ ਕੁਝ ਕੀਤਾ। ਸਰ ਬਿਲਕੁਲ ਕਰਾ ਰਹੇ ਹਾਂ ਜੀ, ਸਾਡਾ ਤਾਂ ਅਜੇ ਸ਼ੁਰੂ ਹੀ ਨਹੀਂ ਹੋਈ ਕਾਰਵਾਈ ਕੋਈ, ਉਹਨਾਂ ਦਾ ਪੱਖ ਸੁਣਿਆ ਗਿਆ, ਉਹਨਾਂ ਸਾਰਾ ਕੁਝ ਹੋ ਗਿਆ। ਦੇਖੋ ਐਡੀ ਵੱਡੀ ਗੱਲ ਹੋਈ, ਨੈਸ਼ਨਲ ਹਾਈਵੇ 5-6 ਘੰਟੇ ਬੰਦ ਰਿਹਾ, ਇਲੈਕਸ਼ਨ ਕੋਰਟ ਲੱਗਿਆ ਹੋਇਆ, ਔਰ ਕਿੰਨੇ 100 ਬੰਦਾ ਬਾਹਰੋਂ ਆ ਕੇ ਸਾਡੇ ਸ਼ਹਿਰ ਦੇ ਵਿੱਚ ਨੈਸ਼ਨਲ ਹਾਈਵੇ ਜਾਮ ਕਰ ਗਿਆ। ਠੀਕ ਆ, ਸੰਸਥਾ ਚਲਾਉਂਦੇ ਆ, NGO ਚਲਾਉਂਦੇ ਆ, ਕੰਮ ਕਰਨ, ਪਰ ਸੰਸਥਾਵਾਂ ਦੇ ਇਹ ਕੰਮ ਨਹੀਂ ਹੁੰਦੇ ਕਿ ਕਿਸੇ ਦੇ ਸ਼ਹਿਰ 'ਚ ਜਾ ਕੇ ਇੰਨਾ ਬਾਹਰੋਂ ਇਕੱਠ ਕਰਕੇ ਆ ਕੇ ਆਪਾਂ ਨੈਸ਼ਨਲ ਹਾਈਵੇ ਬਲੋਕ ਕਰ ਦਈਏ, ਉਹਦਾ ਨੁਕਸਾਨ ਦਾ ਜ਼ਿੰਮੇਵਾਰ ਕੌਣ ਆ? ਕੋਈ ਐਂਬੂਲੈਂਸ ਫਸੀ ਰਹੀ, ਕੁਛ ਹੋਰ ਫਸ ਰਿਹਾ, ਉਹਦਾ ਜ਼ਿੰਮੇਵਾਰ? ਕਿੰਨੀ ਅਬਿਊਜ਼ਿੰਗ ਲੈਂਗੁਏਜ ਯੂਜ਼ ਕੀਤੀ ਉਹਨਾਂ ਨੇ ਕਿ ਇਹ NGOs ਦੇ ਕੰਮ ਨੇ। ਮੈਂ ਉਹਨਾਂ ਦੇ ਫੋਲੋਅਰਸ ਨੂੰ ਵੀ ਰਿਸਪੈਕਟ ਕਰਦਾ, ਬਟ ਉਹਨਾਂ ਨੂੰ ਸਾਡਾ ਵਰਜਨ ਜਾਣ ਲੈਣਾ ਚਾਹੀਦਾ ਕਿ ਇਹ ਲੜਾਈ ਕੋਈ NGO ਦੀ ਲੜਾਈ ਨਹੀਂ ਹੈਗੀ, ਇਹ ਲੜਾਈ ਪੋਲੀਟੀਕਲ ਲੜਾਈ ਆ, ਆਪਦੇ ਫਾਦਰ ਦੇ ਪੋਲੀਟੀਕਲ ਕੈਰੀਅਰ ਨੂੰ ਬਚਾਉਣ ਦੀ ਖਾਤਰ ਇਹ ਸਾਰਾ ਕੁਝ NGO ਨੂੰ ਨਾਲ ਜੋੜਿਆ ਗਿਆ, ਇਹ 'ਚ ਕੁਛ ਵੀ NGO ਨਾਲ ਰਿਲੇਟਡ ਨਹੀਂ ਹੋਇਆ। ਸਰ ਸਰ ਪ੍ਰੂਵ ਕਰਨ, ਜੇ ਸਾਡੇ ਵੱਲੋਂ ਹੋਊ ਮੈਂ ਰਾਜਨੀਤੀ ਛੱਡ ਦੂੰਗਾ, ਪਰ ਸਾਡੇ ਮੋਬਾਈਲਾਂ 'ਤੇ ਕੀ ਆ, ਤੁਸੀਂ ਦੇਖ ਕੇ ਜਾਇਓ ਮੋਹਿਤ ਦੇ। ਇਸ ਗੱਲ 'ਚ ਕਿੰਨੀ ਸੱਚਾਈ ਹੈ ਕਿ ਉਹ ਕਹਿੰਦੇ ਮੇਰੇ 'ਤੇ ਇਲਜ਼ਾਮ ਲਾ ਰਹੇ ਝੂਠੇ ਵੀ ਨਸ਼ੇ ਦਾ ਕਾਰੋਬਾਰ ਕਰਦਾ? ਬਿਲਕੁਲ ਨਹੀਂ ਲਾਉਂਦੇ ਜੀ, ਕੋਈ ਐਸੀ ਗੱਲ ਨਹੀਂ ਹੈ, ਉਹ ਕੰਮ ਕਰ ਰਿਹਾ, ਸਾਡਾ ਉਹਦੇ ਕੰਮ ਨਾਲ ਕੋਈ ਲੈਣ ਦੇਣ ਨਹੀਂ ਹੈ, ਉਹ ਕੰਮ ਕਰੇ, ਸਾਨੂੰ ਕੋਈ ਦਿੱਕਤ ਨਹੀਂ ਹੈ। ਉਹ ਆਪ ਹੀ ਕਹੀ ਜਾਂਦੇ ਮੈਨੂੰ, ਕਹਿੰਦੇ 20,000 ਦੀ ਜੈਕਟ ਪਾਉਂਦਾ, ਸਾਡੇ ਵੱਲੋਂ 50,000 ਦੀ ਪਾਵੇ, ਅਸੀਂ ਕੀ ਲੈਣਾ ਜੀ? ਉਹ ਸਾਡੀ ਡਿਊਟੀ ਨਹੀਂ ਹੈਗੀ, ਸਾਡੀ ਡਿਊਟੀ ਸਿਰਫ ਪੋਲੀਟੀਕਲ ਉਹਦੇ ਫਾਦਰ ਨਾਲ ਆ, ਜੋ ਸੀਗਾ ਉਹਦੇ ਫਾਦਰ ਨਾਲ ਹੀ ਸਾਰਾ ਕੁਛ ਆ, ਉਹ ਤਾਂ NGO ਨੂੰ ਨਾਲ ਜੁੜ ਕੇ ਆਪਦੇ ਫਾਦਰ ਦਾ ਪੋਲੀਟੀਕਲ ਕੈਰੀਅਰ ਸਵਾਰਨ ਦੇ ਚੱਕਰ ਦੇ ਵਿੱਚ ਨੇ। NGO ਦਾ ਸਹਾਰਾ ਲੈ ਕੇ ਦੇਖੋ, ਸੱਚਾਈ ਤਾਂ ਲੁਕਣੀ ਨਹੀਂ, ਤੁਹਾਡੇ ਸਾਰਿਆਂ ਦੇ ਸਾਹਮਣੇ ਆ, ਇੱਕ ਥੱਪੜ ਦੀ ਲੜਾਈ ਨੂੰ ਕਿੱਡਾ ਵੱਡਾ ਰੂਪ ਦਿੱਤਾ ਗਿਆ ਤੁਸੀਂ ਖੁਦ ਜਾਣ ਸਕਦੇ ਹੋ, ਕਿੱਥੋਂ ਬੰਦੇ ਆਏ, ਕੀ ਕੁਛ ਹੋਇਆ। ਦੂਸਰੀ ਗੱਲ, ਲੜਾਈ ਝਗੜਾ ਹੋ ਗਿਆ, ਫਸਟ ਸਟੈਪ ਥਾਣੇ ਜਾਣ ਦਾ ਸੀ, ਨਾ ਕਿ ਹਾਈਵੇ ਰੋਕਣ ਦਾ।
ਡਾਇਰੈਕਟ ਹਾਈਵੇ ਰੋਕ ਕੇ ਕੀ ਦੱਸਣਾ ਚਾਹੁੰਦੇ? ਪ੍ਰੈਸ਼ਰ ਕ੍ਰੀਏਟ ਕੀਤਾ ਗਿਆ ਨਾ ਉਹ, ਕਿ ਪ੍ਰੈਸ਼ਰ ਕ੍ਰੀਏਟ ਕੀਤਾ ਜਾਵੇ ਕਿ ਪਰਚਾ ਦੇ ਦਿਓ। ਸੱਚਾਈ ਦੇ ਜੇ ਸੱਚੇ ਹੁੰਦੇ ਤਾਂ ਥਾਣੇ ਜਾਂਦੇ, ਥਾਣੇ ਜਾ ਕੇ ਤਾਂ ਵਰਜਨ ਰੱਖਦੇ, ਪੁਲਿਸ ਕਾਰਵਾਈ ਨਾ ਕਰਦੀ ਤਾਂ ਫਿਰ ਜੋ ਮਰਜ਼ੀ ਕਰਦੇ। ਬਿਲਕੁਲ ਇਸ ਗੱਲ ਦਾ ਰੋਸ ਆ। ਦੇਖੋ ਉਹ ਵਾਰ ਵਾਰ ਰੌਲਾ ਪਾ ਰਹੇ ਸਾਡੇ ਨਾਲ, ਕਾਂਗਰਸ ਨੇ ਧੱਕਾ ਕੀਤਾ, ਬੰਦੇ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਨੇ ਬੁਲਾਏ। ਮੋਟੀ ਮੋਟੀ ਗੱਲ ਇਹ ਹੈ ਵੀ ਜਿੱਦਾਂ ਕਿਸੇ ਦੰਦ ਹਿੱਲਿਆ ਮੇਰੇ ਦੰਦ ਦੇ ਵਿੱਚ, ਜੇ ਤੁਸੀਂ ਇਹਦੀ ਕੰਪਲੇਂਟ ਦੇਣੀ ਉਸੇ ਟਾਈਮ ਬੰਦੇ ਸੀ ਸਰ, ਦਿੱਤੀ ਆ ਉੱਥੇ ਕੰਪਲੇਂਟ। ਵਟਸਐਪ ਸਕਰੀਨਸ਼ਾਟ ਵੀ ਫੋਟੋ ਚਾ ਦੇ ਸਕਰੀਨ ਤੇ, ਪੇਪਰ ਆ ਨਾ ਉਹ ਸਾਰੀਆਂ ਧਮਕੀਆਂ ਦੇ ਪੇਪਰ ਨੇ ਸਾਰੇ ਖੋਲੀ ਹੁਣ। ਤੁਸੀਂ ਜਿੰਨੀ ਮਰਜ਼ੀ ਸਟੱਡੀ ਕਰ ਲਵੇ, ਚੈੱਕ ਕਰ ਲਵੇ, ਬੀਜੇਪੀ ਅਕਾਲੀ ਦਲ ਜਿਹੜੇ ਰਾਜੂ ਜੀ ਉਹ ਸਾਡੇ ਬੂਥ ਤੇ ਆ ਕੇ ਜਿੱਤੇ ਨੇ, ਅਸੀਂ ਨਹੀਂ ਕਿਤੇ। ਮੈਂ ਤਾਂ ਸਮਝ ਨਹੀਂ ਆਉਂਦੀ ਕਿਸ ਮੂੰਹ ਨਾਲ ਕਹਿੰਦੇ ਚੈੱਕ ਕਰਾ ਲਿਆ, ਸਭ ਕੁਛ ਕਰ ਲਿਆ, ਧੱਕਾ ਕਿਹਦੇ ਨਾਲ ਹੋ ਗਿਆ ਜੀ? ਤੂੰ ਆਪਣੀ ਬਚਾ ਸਕਦਾ, ਤੂੰ ਆਪਣੀ ਜਾਨ ਬਚਾ, ਤੂੰ ਜਿੰਦਾ ਨਹੀਂ ਬਚਦਾ। ਤੂੰ ਇਸ ਟਾਈਮ ਪੱਕਾ ਲੋਕੇ ਬੈਠਾ ਹੋਇਆ, ਤੇਰਾ ਮਰਨਾ ਫਾਈਨਲ, ਤੂੰ ਜਿਉਣ ਦਾ ਹੱਕ ਹੋ ਚੁੱਕਿਆ। ਇਹਨਾਂ ਦੇ ਫੋਲੋਅਰਸ ਇਹਨਾਂ ਨੇ ਲਿਖਿਆ ਜ਼ਰੂਰ ਹੈ, ਪਰ ਇਹਨਾਂ ਨੂੰ ਮੇਰਾ ਪੱਖ ਨਹੀਂ ਸੀ ਪਤਾ। ਇਹ ਤੁਹਾਡੇ ਥਰੂ, ਹੁਣ ਮੀਡੀਆ ਥਰੂ ਇਹ ਪੱਖ ਨੂੰ ਪਤਾ ਲੱਗ ਜੂਗਾ, ਸ਼ਾਇਦ ਉਹ ਡਿਲੀਟ ਵੀ ਕਰ ਲੈਣਗੇ। ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਮੋਹਿਤ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਤੇ ਹੁੰਦਿਆਂ ਸਾਡੇ ਨਾਲ ਹੀ ਧੱਕਾ ਹੋਇਆ, ਹੁਣ ਇਹ ਮਾਮਲਾ ਕਿੱਥੋਂ ਤੱਕ ਪਹੁੰਚਦਾ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ, D5 ਚੈਨਲ, ਪੰਜਾਬੀ।